ਬਚਿੰਤ ਕੌਰ ਦਾ ਨੋਵਲ ਜੀਵਤ ਮੱਟੀ ਹੋਈ ਦਾ ਛੇਵੰਗ ਬੋਰੀਆ ਹੁਣ ਹੋਰ ਵੀ ਦਿਨ ਰਾਤ ਨਸ਼ੇ 'ਚ ਤੋਤ ਰਹਿਣ ਲੱਗਿਆ ਸੀ ਅਬਲਾਂ ਤੋਂ ਕਈ ਦਿਨ ਕਰਨ ਵੱਡਦਾ ਹੀ ਨਹੀਂ ਸੀ ਜਿਉਂਦਾ ਰਾਤ ਬਰਾਤੇ ਚੋਰੀ ਛੁਪੀ ਸਿਰਫ ਘਰ ਦੀ ਕੋਈ ਨਾ ਕੋਈ ਚੀਜ਼ ਚੁੱਕਣ ਲਈ ਸਾਰੇ ਘਰ ਦੀਆਂ ਕੰਧਾਂ ਕੋਲੇ ਪੁੱਟ-ਪੁੱਟ ਕੇ ਉਹਨੇ ਸਾਰੀ ਹਵੇਲੀ ਨੂੰ ਜਿਵੇਂ ਅਣਗਿਣਤ 파ੜ ਲਾ ਦਿੱਤੇ ਸਨ ਆਖਰ ਤੱਕ ਕੰਧਾਂ ਗਾਰੇ ਮਿੱਟੀ ਨਾਲ ਹੀ ਜਿਣੀਆਂ ਹੋਈਆਂ ਸੀ ਸੋਨੇ ਚਾਂਦੀ ਨਾਲ ਤਾਂ ਨਹੀਂ ਕੋਈ ਥਾਂ ਤਾਂ ਉਹਨੇ ਧਰਤੀ ਖੋਦ-ਖੋਦ ਕੇ ਚੂਹੇ ਦੇ ਚਕਚੁੰਦਰਾ ਵਾਂਗ ਘਰ 'ਚ ਥਾਂ-ਥਾਂ ਬਿੱਲਾਂ ਪੁੱਟ ਸੁੱਟੀਆਂ ਸਨ ਪਰ ਅਜੇ ਵੀ ਜਿਵੇਂ ਉਹ ਸੋਨੇ ਦੀ ਮੋਹਰਾਂ ਦੀ ਭਾਲ ਵਿੱਚ ਸੀ ਹੁਣ ਤੱਕ ਉਹਨੇ ਭੂਆ ਦੇ ਸਾਰੇ ਸੋਨੇ ਚਾਂਦੀ ਦੀਆਂ ਛਾਪਾਂ ਛੱਲੇ ਵਿੱਚ ਵਿੱਚ ਜੂਏ ਦੀ ਬਾਜ਼ੀ ਚਲਾ ਦਿੱਤੇ ਘਰ 'ਚ ਬੌਰੀਏ ਨੇ ਨਿੱਕੀ ਤੋਂ ਨਿੱਕੀ ਚੀਜ਼ ਵਸਤ ਜੂਏ ਦੇ ਮੂੰਹ 'ਚ ਹਾਰ ਹੁੰਜਾ ਫੇਰਦਾ ਸੀ ਭੂਆ ਦਾ ਇੰਨਾ ਬੁਰਾ ਹਾਲ ਸੀ ਕਿ ਦੋ ਵਕਤ ਦੀ ਢਿੱਡ ਭਰ ਕੇ ਰੋਟੀ ਵੀ ਹੁਣਾਂ ਨੂੰ ਨਸੀਬ ਨਹੀਂ ਸੀ ਹੁੰਦੀ ਇੱਧਰ ਦੋ ਜੋੜੀਆਂ ਜੰਮੀਆਂ ᱛੀਆਂ ਦੋ ਜੋੜੀਆਂ ਜੰਮੀਆਂ ᱛੀਆਂ ਮੂਰਤੀ ਤੇ ਸ਼ਾਂਤੀ ਉੰਜ ਭੂਆ ਦੀਆਂ ਖਾਲੀ ਛਾਤੀਆਂ ਨੂੰ ਚੂੰਡ-ਚੂੰਡ ਖਾਂਦੀਆਂ ਜੋਕਾਂ ਵਾਂਗ ਉਹਦਾ ਲਹੂ ਪੀਰੀਆਂ ਸੀ ਕੁੜੀਆਂ ਲਈ ਤਾਂ ਤਾਂਹੀਂ ਦੁੱਧ ਉੱਤਰੇ ਜਿ ਭੂਆ ਨੂੰ ਕਦੇ ਦੁੱਧ ਦਾ ਘੁੱਟ ਪੀਣ ਲਈ ਨਸੀਬ ਹੋਵੇ ਘਰ 'ਚ ਜਿੱਥੇ ਦੋ ਵਕਤ ਦੀ ਰੋਟੀ ਦੇ ਲਾਲੇ ਪਏ ਸਨ ਉੱਥੇ ਭਲਾਂ ਦੁੱਧ ਕਿੱਥੇ ਮੂਰਤੀ ਸ਼ਾਂਤੀ ਮਸਾ ਤਿੰਨ ਸਾਢੇ ਤਿੰਨ ਮਹੀਨਿਆਂ ਦੀਆਂ ਹੀ ਹੋਈਆਂ ਹੋਣਗੀਆਂ ਭੂਆ ਦੀਆਂ ਛਾਤੀਆਂ 'ਚੋਂ ਜਿਵੇਂ ਟਿਪ ਵੀ ਦੁੱਧ ਹੀ ਨਹੀਂ ਸੀ ਉਤਰਦੀ ਦਿਨ ਰਾਤ ਹੀ ਭੂਆ ਦਰੁਪਤੀ ਕੁੜੀਆਂ ਬਾਰੇ ਸੋਚਦੀ ਜੋ ਦੇ ਸੁੱਕੇ ਸੀਨੇ ਦਾ ਲਹੂ ਪੀ ਰੀਆਂ ਸਨ ਆਖਰ ਸੋਚਾਂ ਦੀ ਉਦੇੜ ਬੁਣਦੇ ਉਲਝੇ ਤਾਣੇ ਚ ਉਹਨੇ ਜਿਉਣ ਦੇ ਸਾਧਨ ਲਈ ਇੱਕ ਸਿਰਾ ਫਾੜੀ ਲਿਆ ਰੁੱਲਦੂ ਵੀਰ ਦਾ ਭਾਂਡਾ ਟਿੰਡਾ ਮਾਂਜਣ ਸਵਾਰਨ ਦਾ ਭਲਾ ਕੀ ਡਰ ਹੈ ਵਕਤ ਪਏ ਤੇ ਤਾਂ ਰਾਜੇ ਹਰੀਸ਼ਚੰਦਰ ਨੇ ਵੀ ਚੰਡਾਲ ਦੀ ਨੌਕਰੀ ਕਬੂਲ ਕਰ ਲਈ ਸੀ ਮੇਰਾ ਤਾਂ ਫਿਰ ਉਪਾਈ ਹੈ ਭਾਈਆਂ ਨਾਲੋਂ ਵਿਵਦ ਜੋ ਮੇਰੇ ਦੁੱਖ ਤੇ ਸੁੱਖ ਦੇ ਕੰਮ ਆਉਂਦੇ ਨੇ ਦੋਵੇਂ ਜੀ ਕੀ ਰੁਲਦੂ ਮੰਨ ਜਾਏਗਾ ਮੰਨੇਗਾ ਕਿਉਂ ਨਹੀਂ ਇਹਦੇ ਚ ਕੀ ਬੁਰਾ ਬੱਚਿਆਂ ਦੇ ਮੂੰਹ ਚੋਗਾ ਵੀ ਤਾਂ ਪਾਉਣਾ ਕਿਸੇ ਨਾ ਕਿਸੇ ਹੀਲੇ ਤੇ ਫਿਰ ਮੇਰੇ ਨਾਲ ਵੀ ਤਾਂ ਲੱਗਿਆ ਹੋਇਆ ਏ ਜੁਲਮੀ ਢੇਡ ਭੂਆ ਦੀਆਂ ਲੰਮੀਆਂ ਲੰਮੀਆਂ ਸੋਚਾਂ ਦੀ ਲੜੀ ਜਿਵੇਂ ਦਿਨ ਰਾਤ ਟੁੱਟਣ ਚ ਨਾ ਆਉਂਦੀ ਰੁਲਦੂ ਜਿਸ ਦੀ ਮਾਂ ਜਿਸ ਹਵੇਲੀ ਚ ਕੱਚੇ ਭਾਂਡੇ ਦੇਣ ਲਈ ਆਉਂਦੀ ਜਾਂਦੀ ਸੀ ਇਸ ਘਰ ਉਧਾਉਣਾ ਜਾਣਾ ਹਰ ਦਿਨ ਤਿਹਾਰ ਉਤੇ ਜ਼ਰੂਰ ਹੁੰਦਾ ਸੀ ਮੈਂ ਮਰ ਗਈ ਉਸ ਹਵੇਲੀ ਦੀ ਨੂੰਹ ਹੁਣ ਉਹਦੇ ਘਰ ਦੇ ਭਾਂਡੇ ਮੰਨ ਜੀ ਕਿੰਨੀ ਨਮੂਸ਼ੀ ਦੀ ਗੱਲ ਸੀ ਨਾ ਸਿਰਫ ਮੇਰੇ ਲਈ ਬਲਕਿ ਰੁਲਦੂ ਲਈ ਵੀ ਲੋਕੋ ਨੂੰ ਕੀ ਕਹਿਣਗੇ ਪਰ ਹੁਣ ਚਾਰਾ ਵੀ ਕੀ ਸੀ ਕੀਤਾ ਵੀ ਕੀ ਜਾ ਸਕਦਾ ਸੀ ਜਦ ਬੌਰੀਆ ਤਾਂ ਕਿਸੇ ਰਾਹ ਉੱਤੇ ਆਉਂਦਾ ਹੀ ਨਹੀਂ ਨਾ ਉਹਨੂੰ ਭੂਆ ਦਰੋਪਤੀ ਦੇ ਦੁੱਖਾਂ ਦੀ ਸਾਰ ਲੈਣ ਦੀ ਕੋਈ ਲੋੜ ਨਾ ਜੋੜੀਆਂ ਜੰਮੀਆਂ ਕੰਜਕਾਂ ਨਾਲ ਕੋਈ ਮੋਹ ਪਿਆਰ ਮੋਹ ਪਿਆਰ ਤਾਂ ਟੰਗੇ ਛਿੱਕੇ ਭੂਆ ਨੂੰ ਤਾਂ ਦਿਨੇ ਰਾਤ ਨਵੇਂ ਤੋਂ ਨਵਾਂ ਫਿਕਰਾਂ ਚੰਬੜਦਾ ਸੀ ਪਾਪੀ ਮਨ ਕਦੇ ਆਉਂਦਾ ਭਲਾ ਟਿਕਾਣੇ ਸਿਰ ਬੰਦਾ ਭਾਵੇਂ ਬਾਹ ਜਹਾਨ ਦੀ ਲਾਲ ਲਈ ਪਰੇ ਮਨ ਨਹੀਂ ਖਲਾਉਂਦਾ ਕਿਦਰੇ ਵੀ ਰਤੀ ਪਰ ਨਦਨੇ ਚੈ ਨ ਰਾਤਾਂ ਨੂੰ ਨੀਂਦ ਘੂਆ ਦਿਨੋਂ ਦਿਨ ਸੁੱਕ ਕੇ ਢੱਕੇ ਰਗੀ ਹੁੰਦੇ ਜਾ ਰਹੀ ਸੀ ਨਾ ਕਿਸੇ ਨੂੰ ਕਹਿਣ ਜੋਗੀ ਨਾ ਆਪਣਾ ਦੁੱਖ ਫੋਲਣ ਜੋਗੀ ਆਪਣਾ ਛੱਗਾ ਚੁੱਕਿਆ ਕਿਸੇ ਦਾ ਕੀ ਜਾਂਦਾ ਢਿੱਡ ਤਾਂ ਆਪਣਾ ਹੀ ਨੰਗਾ ਹੁੰਦਾ ਹਰ ਸਮੇਂ ਭੂਆ ਕਿਸੇ ਨਾ ਕਿਸੇ ਦੁਚਿੱਤੀ ਚ ਘਿਰੀ ਰਹਿੰਦੀ ਘਰ ਚੋਰਾ ਵਾਂਗ ਆਉਂਦੇ ਜਾਂਦੇ ਬੌਰੀਏ ਦੀ ਗਿੱਧ ਅੱਖ ਤੋਂ ਭੂਆ ਹੋਰ ਵੀ ਘਬराई ਹੋਈ ਸੀ ਬੌਰੀਆ ਜਦੋਂ ਵੀ ਘਰ ਦੀ ਦੇਲੀ ਚੜਦਾ ਆਦਮ ਬੋ ਆਦਮ ਬੋ ਕਰਦਾ ਹੀ ਅੰਦਰ ਲੰਘਦਾ ਘਰ ਚ ਦਰੋਪਤੀ ਭੂਆ ਦੀਆਂ ਸੁੱਕੀਆਂ ਹੱਡੀਆਂ ਤੇ ਮੂਰਤੀ ਸ਼ਾਂਤੀ ਦੀਆਂ ਭੁੱਖ ਨਾਲ ਕਰਲਾਉਂਦੀਆਂ ਅੰਦਰਾਂ ਤੋਂ ਬਿਨਾਂ ਰਹੀ ਕੀ ਗਿਆ ਸੀ ਲੈ ਦੇ ਕੇ ਰਸੋਈ ਦੇ ਦੋ ਚਾਰ ਪਿੱਤਲ ਦੇ ਭਾਂਡੇ ਤੇ ਕੁਝ ਪੁਰਾਣੇ ਪੈਣੇ ਹੋਏ ਕੱਪੜੇ ਨਵੇਂ ਨਕੋਰ ਭੂਆ ਦੇ ਜਰੀ ਦੇ ਕੱਪੜਿਆਂ ਨੂੰ ਤਾਂ ਉਹਨੇ ਪਤਾ ਨਹੀਂ ਕਿਹੜੇ ਬਿੱਲੇ ਲਾ ਦਿੱਤਾ ਸੀ ਭੂਆ ਨੂੰ ਕੱਖ ਪਤਾ ਨਾ ਲੱਗਿਆ ਕਦੋਂ ਭੂਆ ਦੀ ਦਾਜਵਰੀ ਵਾਲੇ ਟ੍ਰੰਕ ਵੀ ਘਰੋਂ ਚੁੱਕੇ ਲੈ ਗਿਆ ਸੀ ਪਰ ਭੂਆ ਨੂੰ ਤਾਂ ਜਿਵੇਂ ਸਮਝ ਹੀ ਕੁਝ ਨਹੀਂ ਸੀ ਆ ਰਿਹਾ ਕੀ ਕਰੇ ਕਿਹੜੇ ਖੂਚ ਖਾਤੇ 'ਚ ਡੁੱਬ ਕੇ ਮਰੇ ਇੱਕ ਅੱਧ ਵਾਰ ਉਹਦੇ ਜੀ ਚ ਆਈ ਕਿ ਉਹ ਰੁਲਦੂ ਨੂੰ ਕਹਿ ਕੇ ਕਰਤਾਰੇ ਵੀਰ ਨੂੰ ਸਾਦੀ ਲਵੇ ਹੁਣ ਤਾਂ ਪਾਣੀ ਸਿਰ ਉੱਤੋਂ ਦੀ ਲੰਘ ਰਿਹਾ ਸੀ ਪਰ ਦੂਜੇ ਪਾਸੇ ਉਹਦੇ ਗੁੱਸੇ ਤੋਂ ਡਰਦੀ ਭੂਆ ਫਿਰ ਦੋ ਚਿੱਤੀ ਚ ਫਸੀ ਸੋਚਾਂ ਦੀ ਉਹ ਢੇਡਵੰਨ ਸੀ ਉਲਝ ਕੇ ਰਹਿ ਜਾਂਦੀ ਕਦੇ ਮੂਰਤੀ ਨੂੰ ਕੁੱਟਦੀ ਕਦੇ ਸ਼ਾਂਤੀ ਨੂੰ ਕੋਸਦੀ ਆਪਣਾ ਸਿਰ ਕੰਧਾ ਨਾਲ ਮਾਰ ਮਾਰ ਰੋਂਦੀ ਰੁਲਦੂ ਦੀ ਬਹੂ ਨੂੰ ਜਦੋਂ ਦਰੁਪਤੀ ਭੂਆ ਦੇ ਇਸ ਬੁਰੇ ਹਾਲ ਦੀ ਸੂਹ ਲੱਗਦੀ ਉਹ ਅੱਖ ਦੇ ਫੋਰਜ ਭੂਆ ਦੀ ਬਰਬਾਦ ਖੁੰਖਾਰ ਹਵੇਲੀ ਦੇ ਉਸ ਚਾਰੇ ਚ ਪਹੁੰਚਦੀ ਜਿੱਥੇ ਹਰ ਨਵਾਂ ਸੂਰਜ ਭੂਆ ਦੀ ਤਬਾਹੀ ਦਾ ਇੱਕ ਨਵਾਂ ਕਾਂਡ ਸ਼ੁਰੂ ਕਰਦਾ ਸੀ ਆਉਂਦੀ ਹੋਈ ਭਾਗਵੰਤੀ ਘਰ 'ਚ ਜੋ ਵੀ ਖਾਣ ਪੀਣ ਦੀ ਚੀਜ਼ ਪਈ ਹੁੰਦੀ ਭੂਆ ਲਈ ਚੁੰਨੀ ਦੇ ਪੱਲੇ ਨਾਲ ਢੱਕ ਕੇ ਲਿਆਉਂਦੀ ਆਖਰ ਤਾ ਉਹ ਘਰ ਦੀ ਸਾਰੀ ਹਾਲਤ ਤੋਂ ਚੱਪਾ ਚੱਪਾ ਵਾਕਿਫ ਸੀ ਆਉਂਦਿਆਂ ਸਾਰੂ ਚੁੰਨੀ ਦੇ ਪੱਲੇ ਹੇਠ ਲੁਕੋ ਕੇ ਲਿਆਂਦਾ ਅੰਨ ਦੁੱਧ ਤੇ ਹੋਰ ਜੋ ਵੀ ਸ਼ੈ ਹੁੰਦੀ ਭੂਆ ਦੇ ਮੋਰੇ ਰੱਖ ਕੇ ਢਿੱਡ ਨੂੰ ਝੋਕਾ ਦੇਣ ਲਈ ਜਿਵੇਂ ਭੂਆ ਦੇ ਹਾੜੇ ਕੱਢਦੇ ਅੱਜ ਜਦੋਂ ਭਾਗਵੰਤੀ ਦ੍ਰੋਪਦੀ ਭੂਆ ਦੇ ਚੁਬਾਰੇ ਚਾਈ ਤਾਂ ਭੂਆ ਬੇਸੁੱਧ ਫਰਸ਼ ਤੇ ਮੁੱਢੇ ਮੂੰਹ ਪਈ ਸੀ ਦੋਵੇਂ ਕੁੜੀਆਂ ਨਵਾਰੀ ਪਲੰਗ ਤੇ ਟੰਗੀਆਂ ਆਪਣੀ ਥਾਂ ਰੋ ਰੋ ਕੇ ਫਾਵੀਆਂ ਹੋ ਰਹੀਆਂ ਸੀ ਉਹਨਾਂ ਦੋਹਾਂ ਦਾ ਚੀਕ ਚਿਹਾੜਾ ਕੰਨ ਪਾਈ ਕਿਹੜਾ ਸੁਣਨ ਦੇ ਰਿਹਾ ਸੀ ਭਗਵੰਤੀ ਨੇ ਘੜੇ 'ਚੋਂ ਪਾਣੀ ਦਾ ਗਲਾਸ ਭਰ ਕੇ ਭੂਆ ਦੇ ਮੂੰਹ ਤੇ ਠੰਡੇ ਪਾਣੀ ਦੇ ਛਿੱਟੇ ਮਾਰੇ ਫਿਰ ਚਮਚੇ ਦੀ ਪਿਛਲੀ ਡੰਡੀ ਨਾਲ ਪਤਾ ਨਹੀਂ ਕਿੰਨੇ ਚਿਰ ਤੋਂ ਭੂਆ ਨੂੰ ਪਈ ਦੰਦਲ ਪੰਨੀ ਪਿਆਜ਼ ਭੰਨ ਕੇ ਉਹਦਾ ਪਾਣੀ ਨੱਕ 'ਚ ਪਾਇਆ ਤਾਂ ਕਿਤੇ ਜਾ ਕੇ ਭੂਆ ਦਰੋਤੀ ਨੇ ਮਾੜੀ ਜੀ ਅੱਖ ਖੋਲੀ ਦੋਹਾਂ ਕੁੜੀਆਂ ਨੂੰ ਚੁੱਪ ਕਰਾਉਂਦਿਆਂ ਭਗਵੰਤੀ ਨੇ ਭੂਆ ਨੂੰ ਹੌਲੀ ਜੀ ਕਿਹਾ ਨੀ ਭੈਣੀ ਦਰਉਪਤੀ ਐ ਅਜੇ ਤਾ ਤੂੰ ਜਮਾ ਹੀ ਮੁੱਕ ਜਾਣਾ ਸੀ ਜੇ ਕਿਤੇ ਮੈਨੂੰ ਦੇਬੂ ਆ ਕੇ ਨਾਂ ਦੱਸਦਾ ਉਹ ਕਿਤੇ ਆਇਆ ਹੋਏਗਾ ਲੰਘਦਾ ਵੜਦਾ ਮੂਰਤੀ ਸ਼ਾਂਤੀ ਨੂੰ ਕਢਾਉਣ ਉਹਨੇ ਜਾ ਕੇ ਮੈਨੂੰ ਦੱਸਿਆ ਕਿ ਤੈਨੂੰ ਭੋਰਾ ਭਰ ਸੁਰਤ ਹੀ ਨਹੀਂ ਕੁੜੀਆਂ ਨੇ ਰੋ ਰੋ ਕੇ ਸਾਰਾ ਘਰ ਸਿਰ ਤੇ ਚੱਕ ਰੱਖਿਆ ਹੂੰ ਭੂਆ ਨੇ ਮਾੜੀ ਜੀ ਅੱਖ ਖੋਲਦਿਆਂ ਦੋਹਾਂ ਕੁੜੀਆਂ ਵੱਲ ਇੱਕ ਨਜ਼ਰ ਵੇਖਿਆ ਭੈਣੇ ਇਸ ਤਰ੍ਹਾਂ ਕਿਵੇਂ ਕੱਟੂਗਾ ਵਕਤ ਹੌਸਲਾ ਰੱਖ ਮੇਰੀ ਭੈਣ ਹਿੰਮਤ ਨਹੀਂ ਹਾਰੀਦੀ ਇੰਉਂ ਭਲਾ ਰੋਣ ਧੋਣ ਨਾਲ ਕਦੇ ਔਖਾ ਵਕਤ ਨਿਕਲਦਾ ਐਵੇਂ ਕਮਲੀ ਨਾ ਹੋ ਜਾਇਆ ਕਰ ਦੇਖ ਕਿਵੇਂ ਸਿਰ ਭੰਨ ਰੱਖਿਆ ਤੈਨੂੰ ਆਪਣਾ ਨਹੀਂ ਤੇ ਨਾ ਕੰਜਕਾਂ ਦਾ ਤਾਂ ਕਰ ਕੁਝ ਖਿਆਲ ਜਿਨ੍ਹਾਂ ਨੇ ਜੱਗ ਦਾ ਜੀ ਦੇਖਿਆ ਹੀ ਕੁਛ ਨਹੀਂ ਇਹ ਤਾਂ ਉਹੀ ਮਰ ਜਾਣਗੀਆਂ ਭੁੱਖੀਆਂ ਤ੍ਰਿਹਾਈਆਂ ਰੋਂਦੀਆਂ ਘੁਰਲਾਉਂਦੀਆਂ ਇਹਨਾਂ ਵਿਚਾਰੀਆਂ ਦਾ ਕੀ ਦੋਸ਼ ਦ੍ਰੋਪਦੀ ਭੂਆ ਭਾਗਵੰਤੀ ਦੀਆਂ ਹਮਦਰਦੀ ਭਰੀਆਂ ਸਮਝੌਤੀਆਂ ਸੁਣ ਸੁਣ ਹੌਸਲਾ ਤੇ ਧੀਰਜ ਰੱਖਣ ਦੀ ਬਜਾਏ ਫੁੱਟ ਫੁੱਟ ਕੇ ਰੋਣ ਲੱਗ ਪਈ ਭਾਗਵੰਤੀ ਬਥੇਰਾ ਚੁੱਪ ਕਰਾਵੇ ਤਸੱਲੀਆਂ ਦੇ ਵੀ ਦਿਲਾਸੇ ਦੇ ਵੀ ਪਰ ਨਾ ਸੋ ਗੁੰਦਰੋਪ ਦੀਪੂ ਆ ਦੀਆਂ ਅੱਖਾਂ ਪਿੱਛੋਂ ਜਿਵੇਂ ਕਿਸੇ ਦਰਿਆ ਦਾ ਬੰਨ ਟੁੱਟ ਗਿਆ ਹੋਵੇ ਭੈਣ ਤੂੰ ਕਮਲੀ ਤਾਂ ਨਹੀਂ ਹੋਗੀ ਕਿਤੇ ਲਾ ਦੋ ਬੁਰਕੀਆਂ ਟੁਕਦੀਆਂ ਉੱਠ ਕੇ ਸੱਟ ਆਪਣੇ ਢਿੱਡ 'ਚ ਨਾਲੇ ਆ ਘੁੱਟ ਕੋ ਦੁੱਧ ਦੋਹਾਂ ਜਵਾਕੜੀਆਂ ਨੂੰ ਪਲਾ ਦੇ ਭੋਰਾ ਭੋਰਾ ਚਮਚੇ ਨਾਲ ਫਿਰ ਆਥਨ ਨੂੰ ਬੱਕਰੀ ਦਾ ਸਾਰਾ ਦੁੱਧ ਚੋ ਚੋ ਇਧਰ ਭੇਜ ਦੂੰਗੀ ਬੇਬੂ ਹੱਥ ਬੇਬੂ ਰੁਲਦੂ ਦਾ 8 9 ਵਰਿਆਂ ਦਾ ਬਹੁਤ ਹੀ ਸੋਹਣਾ ਸੁਨੱਖਾ ਪੁੱਤ ਸੀ ਮੈਂ ਨਹੀਂ ਪੀਣਾ ਦੁੱਧ ਭਗਵੰਤੀ ਤੂੰ ਛੱਡ ਦੇ ਮੈਨੂੰ ਮੇਰੇ ਹਾਲ ਤੇ ਪੂਆ ਅੱਜ ਮਰ ਜਾਣਾ ਚਾਹੁੰਦੀ ਸੀ ਮੇਰੀ ਭੈਣੇ ਉਹ ਨਹੀਂ ਕਰੀਦਾ ਇੰਜ ਭੁੱਖੀ ਆਂਦਰਾਂ ਰੱਖ ਕੇ ਕਿਹੜਾ ਸਰਜੂ ਨਾਲੇ ਨਾ ਕੰਨਿਆ ਦੇਵੀਆਂ ਦਾ ਕਾਸ ਨੂੰ ਸਰਾਪ ਲੈਣੀ ਹੈ ਭਗਵੰਤੀ ਬੋਲਦੀ ਗਈ ਪੂਆ ਸੁਣਦੀ ਗਈ ਨਾ ਉਹ ਆਪ ਮੋਨੂ ਲਾ ਰਹੀ ਸੀ ਰੋਟੀ ਦਾ ਭੋਰਾ ਨਾ ਹੀ ਕੁੜੀਆਂ ਨੂੰ ਦੁੱਧ ਪਲਾਉਣ ਦਾ ਕੋਈ ਹੀਲਾ ਕਰ ਰਹੀ ਸੀ ਆਖਰ ਭਗਵੰਤੀ ਔਖੀ ਜੀ ਹੋ ਕੇ ਬੋਲੀ ਚੰਗਾ ਨਾ ਭੰਨ ਤੂੰ ਟੁੱਕਦੀ ਬੁਰਕੀ ਮੈਂ ਅੱਜ ਹੀ ਭੇਜਦੀਆਂ ਤੇਰੇ ਵੀਰ ਨੂੰ ਡਢਿਹੜੀ ਕਰਤਾਰੇ ਦੇ ਤਿੱਤ ਲੋਕੇ ਵੀਰ ਕੋਲ ਆਪਣੇ ਆਪ ਨਿਭਣਗੇ ਜਿਵੇਂ ਮਰਜੀ ਉਹਨਾਂ ਦੀ ਇਉਂ ਸਾਥੋਂ ਹਰ ਸਮੇਂ ਗੁਆਂਢ ਮੱਥੇ ਨਹੀਂ ਚੱਲਿਆ ਜਾਂਦਾ ਇਹ ਨਿੱਤ ਦਿਹਾੜੀ ਦਾ ਸੰਤਾਪ ਕੱਲ ਕੱਲਾਂ ਨੂੰ ਜੇ ਕੋਈ ਚੰਗੀ ਮਾੜੀ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ ਬੌਰੀਆ ਤਾਂ ਲੱਗਦਾ ਤੇਰਾ ਕੋਈ ਰਾਹ ਦਿੰਦਾ ਨਹੀਂ ਸਾਨੂੰ ਤੇ ਹੁਣ ਤੂੰ ਵੀ ਕਰਨ ਲੱਗ ਪਈ ਹੈਂ ਭਗਵੰਤੀ ਹੁਣ ਪੂਰੇ ਹੱਕ ਨਾਲ ਭੂਆ ਮੁਰੇ ਤੱਤੀ ਹੋ ਰਹੀ ਸੀ ਭਗਵੰਤੀ ਦੇ ਮੂੰਹ ਐਨਾ ਕੋੜਾ ਸੱਚ ਸੁਣਦੀ ਭੂਆ ਥੋੜਾ ਸੰਭਲਦੀ ਬੋਲੀ ਭਗਵੰਤੀ ਮੈਨੂੰ ਭੁੱਖ ਨਹੀਂ ਮੈਂ ਖਾ ਲੈਂਦੀ ਜ਼ਰੂਰ ਤੈਨੂੰ ਭੁੱਖ ਹੈ ਚਾਹੇ ਨਹੀਂ ਇਹ ਮੈਂ ਨਹੀਂ ਜਾਣਦੀ ਤੂੰ ਚੱਕ ਕੇ ਖਾ ਸਾਰੀ ਦੀ ਸਾਰੀ ਰੋਟੀ ਹੁਣ ਇਹੋ ਨਹੀਂ ਸਰਦਾ ਡਢਿਹੜੀ ਕਹਾ ਕੇ ਭੇਜਣਾ ਹੀ ਪਊਗਾ ਇੰਜ ਤਾਂ ਉਹ ਪੁੱਤਰ ਆਇਆ ਹੋਇਆ ਕੱਲ ਨੂੰ ਤੈਨੂੰ ਵੇਚ ਵੀ ਆਊਗਾ ਉਹਨੂੰ ਕੋਈ ਪੁੱਛਣ ਵਾਲਾ ਹੈ ਨਹੀਂ ਇੱਥੇ ਜਿਹੜਾ ਉਹਦੇ ਗਲ ਚ ਡੰਡਾ ਦੇਵੇ ਬਰਬਾਦੀ ਕਰਤੀ ਸਾਰੇ ਘਰ ਦੀ ਇਹਦਾ ਹੁਣ ਡੰਡਾ ਹੀ ਪੀਰ ਹੈ ਭੈਣ ਜਦ ਕਰਤਾਰੇ ਨੇ ਭੰਨੇ ਆ ਕੇ ਇਹਦੇ ਮੋਰ ਫੜ ਕੇ ਇੱਕ ਵਾਰੀ ਇਹਦੇ ਤਾਂ ਫਰਿਸ਼ਤੇ ਸਿੱਧੇ ਹੋ ਜਾਣਗੇ ਇੱਕ ਤਾਂ ਤੂੰ ਜੂੰ ਜੂੰ ਕਰਨੋਂ ਨਹੀਂ ਹਟਦੀ ਬਹੁਤਾ ਹੀ ਹੋਏਗਾ ਹੱਡ ਗੋਡੇ ਹੀ ਭੰਦਾ ਹੈਗਾ ਕਰਤਾਰਾ ਕਿਤੇ ਜਾਨੋ ਤਾਂ ਨਹੀਂ ਮਾਰ ਮੁਕਾਣ ਲੱਗਿਆ ਮੈਂ ਕਹਨੀ ਆ ਜਾ ਜੇ ਮਾਰ ਵੀ ਦੇਵੇ ਤਾਂ ਵੀ ਕੀ ਹੋਜੂ ਕਿ ਮੈਂ ਦੁਖੀ ਕਰ ਰੱਖਿਆ ਕੋੜੀ ਨੇ ਦਿਨੇ ਰਾਤ ਹੁਣ ਤਾਂ ਇਹਦਾ ਕਰਨਾ ਹੀ ਪਊਗਾ ਕੁਝ ਜੇ ਬਚਾਉਣਾ ਹੈ ਆਪਣਾ ਘਰ ਅਜੇ ਨਹੀਂ ਕੁਟਾਈ ਜਾ ਆਪਣੇ ਹੱਡ ਚੁੰਡਾਈ ਜਾਂ ਉਸ ਲਹੂ ਪੀਣੇ ਤੋਂ ਮਾਸ ਸੌਂ ਪਾਈ ਦੀ ਤੂੰ ਕਿਵੇਂ ਜਰੀ ਜਾਨੀ ਐ ਨਾ ਕੁਝ ਮੈਂ ਤਾਂ ਹੁਣ ਨੂੰ ਸਿਰ ਪਾੜ ਕੇ ਰੱਖ ਦਿੰਦੀ ਇਹੋ ਜੇ ਕੰਬਖਤ ਦਾ ਪਿੱਛੋਂ ਭਾਵੇਂ ਹੱਥ ਕੜੀ ਲੱਗ ਜਾਂਦੀ ਕਿਵੇਂ ਇਸ ਕਸਾਈ ਨੇ ਸਾਰੇ ਘਰ ਦੀ ਜੱਖਣਾ ਪੱਟ ਕੇ ਰੱਖਤੀ ਗਿਣਤੀ ਦੇ ਦਿਨਾਂ ਜੀ ਭਾਗਵੰਤੀ ਨੇ ਭਰੀ ਪੀਤੀ ਨੇ ਬੋਰੀਏ ਨੂੰ ਬੁਰਾ ਭਲਾ ਕਹਿ ਕਹਿ ਜਿਵੇਂ ਆਪਣਾ ਕਲੇਜਾ ਠੰਡਾ ਕਰ ਲਿਆ ਸੀ ਇੱਕ ਵਾਰੀ ਤਾਂ ਪਰਪੂ ਆ ਭਾਗਵੰਤੀ ਦੀਆਂ ਸਾਰੀਆਂ ਗੱਲਾਂ ਸੁਣ ਜਿਵੇਂ ਕਿਸੇ ਡੂੰਘੇ ਖੂਚ ਉਤਰ ਗਈ ਹੋਵੇ ਭੈਣ ਮੇਰਾ ਸਿਰ ਤਾਂ ਪਟਣ ਨੂੰ ਆ ਗਿਆ ਪਰ ਤੇਰੇ ਤੇ ਅਸਰ ਨਹੀਂ ਹੋਇਆ ਭੋਰਾ ਭਗਵੰਤੀ ਨੇ ਰੋਟੀ ਫੇਰ ਇੱਕ ਵਾਰੀ ਭੂਆ ਦੇ ਮੂਰੇ ਕਰਦੇ ਆ ਭੂਆ ਨੂੰ ਰੋਟੀ ਖਾਣ ਲਈ ਇਸ਼ਾਰਾ ਕੀਤਾ ਭਾਬੀ ਮੈਂ ਤੇਰੀ ਕਾਲੀ ਗਊਆ ਮੈਂ ਤੇਰੇ ਅੱਗੇ ਹੱਥ ਜੋੜਦੀ ਆ ਰੁਲਦੂ ਵੀਰ ਨੂੰ ਡਢਹੀੜੀ ਨਾ ਭੇਜੀ ਕੋਈ ਕਸੂਤਾ ਸਨੇਹਾ ਦੇ ਕੇ ਨਹੀਂ ਤਾਂ ਇਹਨੂੰ ਜਿਉਂਦੇ ਨੂੰ ਨਹੀਂ ਛੱਡਣਾ ਕਰਤਾਰੇ ਵੀਰ ਨੇ ਖੜੇ ਖੜੇ ਦੇ ਡੱਕਰੇ ਕਰਕੇ ਰੱਖ ਦਊਗਾ ਉਹ ਤਾਂ ਦੇਖ ਮੈਂ ਤਾਨੂੰ ਝੋਲੀ ਅੱਡ ਕੇ ਵਾਸਤੇ ਪਾ ਕੇ ਕਹਿਨੀ ਆ ਤੂੰ ਮੇਰੇ ਦੁੱਖਾਂ ਦੀ ਭਾਵਨਾ ਨਿਕਲਣ ਦੇ ਡਢਹੀੜੀ ਤਾਂ ਨਹੀਂ ਤਾਂ ਇਹ ਤਾਂ ਜਿਵੇਂ ਜਿਵੇਂ ਲਿਖੀ ਆ ਉਸ ਡਾਡੇ ਨੇ ਮੇਰੀ ਤਤੀ ਦੀ ਤਕਦੀਰ ਮੈਂ ਆਪੇ ਭੋਗਣੀ ਆ ਸਾਰੀ ਕੋਈ ਪਿਛਲੇ ਕਰਮਾਂ ਦਾ ਲੈਣ ਦੇਣ ਦਾ ਸਰਬੰਧ ਹੈ ਮੇਰਾ ਇਹਦਾ ਸੋ ਭੋਗਤ ਰਹੀਆਂ ਆਪਣੇ ਹੱਡਾਂ ਨਾਲ ਤੈਨੂੰ ਮੇਰੀ ਸੋਂ ਭਾਗਵੰਤੀ ਭਾਬੀ ਜੀ ਤੂੰ ਰੂਲਦੂ ਨੂੰ ਭੇਜਿਆ ਡਡਹੀੜੀ ਇੱਕ ਗੱਲ ਮੈਂ ਤੁਹਾਨੂੰ ਪੁੱਛਦੀ ਹਾਂ ਜੋ ਤੂੰ ਉਹਦੀ ਹਮੈਤਨ ਬਣ ਕੇ ਬੋਲ ਰਹੀ ਹੈ ਭਲਾ ਉਹਨੇ ਆਪ ਆਪਣੇ ਹੱਥੀ ਬਣਾਇਆ ਵੀ ਹੈ ਕੁਝ ਕੱਖ ਤਾਂ ਭਨ ਕੇ ਦੂਰਾ ਨਹੀਂ ਕੀਤਾ ਕਦੇ ਵੈਲੀ ਨੇ ਬਾਪ ਦੀ ਕਮਾਈ ਰੋੜੀ ਜਾਂਦਾ ਦਿਨੇ ਰਾਤੀ ਆਪ ਹੱਡ ਭਨ ਕੇ ਬਣਾਇਆ ਹੁੰਦਾ ਨਾ ਤਾਂ ਦੇਖਦੀ ਕਿਵੇਂ ਕੋਡੀ ਕੋਡੀ ਜੇ ਨਾਂ ਸਾਹਮਣੇ-ਸਾਹਮਣੇ ਰੱਖਦਾ ਉਹ ਤੇਰਾ ਲੱਗਦਾ ਕਿਵੇਂ ਚੰਦਰੇ ਨੇ ਭਰੇ-ਭਰਾਏ ਘਰ ਨੂੰ ਖਾਲੀ ਖੋਲਾ ਕਰਕੇ ਰੱਖ ਦਿੱਤਾ ਉਹਨਾਂ ਆਪਣਾ ਹੋਣਿਆਂ ਗਨੀਖਾਨ ਤੇ ਹੋਰ ਇਹਦੇ ਯਾਰਾਂ ਬਿੱਲੀਆਂ ਨੂੰ ਵੀ ਸ਼ਰਮ ਨਹੀਂ ਆਉਂਦੀ ਭੋਰਾ ਕਿਵੇਂ ਜੂਏ ਦੇ ਮੂੰਹ ਘਰ ਦੀ ਟਿੱਟ ਗਹਿਣੇ ਕਰ ਲਈਂੋਂ ਤ ਜਾਣਿਆ ਨੇ ਇਹਦਾ ਕੀ ਏ ਇਹਦੇ ਮੂੰਹ ਤਾਂ ਲਹੂ ਲੱਗ ਗਿਆ ਬੈਲੀ ਕਦੇ ਮੁੜਦੇ ਨਹੀਂ ਵੈਲ ਤੋਂ ਤੂੰ ਜਿਵੇਂ ਮਰਜੀ ਏ ਮਾਰਕੰਧਾ ਨਾਲ ਸੇਰ ਆਪਣਾ ਉਹਨੂੰ ਕੀ ਕੋਈ ਮਰੇ ਭਾਵੇਂ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਜਦ ਸਾਰੀ ਸ਼ਰਮ ਹਿਆ ਲਾ ਕੇ ਰੱਖਤੀ ਫੇਰ ਕਾਦੀ ਪਈ ਐ ਉਹਨੂੰ ਜੋ ਸਾਰ ਲਵੇ ਤੇਰੀ ਤੇ ਤੇਰੀਆਂ ਬੱਚੀਆਂ ਦੀ ਪਿਓ ਦਾਦੇ ਦੀ ਸਾਰੀ ਕਰੀ ਤਰੀ ਪਾਤੀ ਐ ਨੇ ਖੂ ਖਾਤੇ ਇੱਕ ਵਿੱਚ ਕੋ ਲਖਤ ਉਤੋਂ ਤੂੰ ਉਹਨੂੰ ਕੁਛ ਨਹੀਂ ਕਹਿੰਦੀ ਸਿਰ ਤੇ ਤਾਂ ਤੂੰ ਆਪ ਚੜਾਇਆ ਉਹਨੂੰ ਭਾਗਵੰਤੀ ਬੋਰੀ ਤੂੰ ਜਿਵੇਂ ਅੱਜ ਪਾਣੀ ਪੀ ਪੀ ਕੋਸ ਰਹੀ ਸੀ ਭਰਪੂਆਦਰੂਪਤੀ ਤੋਂ ਇਹ ਸਭ ਕਿਹੜਾ ਜਰਿਆ ਜਾ ਰਿਹਾ ਸੀ ਆਖਰ ਤਾਂ ਬੋਰੀਆ ਉਹਦਾ ਪਤੀ ਸੀ ਪਤੀ ਪਰਮੇਸ਼ਰ ਹੁੰਦਾ ਧੀ ਮਰਦੇ ਸਮੇਂ ਦਰੋਪਤੀ ਭੂਆ ਦੇ ਸਹਰੇ ਲਖਾ ਰਾਮ ਨੇ ਗੋਡਿਆਂ 'ਚ ਸਿਰ ਲਈ ਬੈਠੀ ਦਰੋਪਤੀ ਭੂਆ ਅੱਗੇ ਜਿਵੇਂ ਆਪਣੇ ਪੁੱਤ ਦੀ ਜਾਨ ਦਾ ਵਾਸਤਾ ਪਾਇਆ ਸੀ ਤੇ ਅੱਜ ਭਾਗਵੰਤੀ ਦੀਆਂ ਸੱਚੀਆਂ-ਸੱਚੀਆਂ ਸੁਣ ਕੇ ਜਿਵੇਂ ਉਹ ਕਿਸੇ ਭਿਆਨਕ ਅੱਗ ਲੱਗੇ ਜੰਗਲ 'ਚ ਗਵਾਚ ਕੇ ਰਹਿ ਗਈ ਹੋਵੇ ਹੁਣ ਮੈਂ ਕੀ ਕਰਾਂ ਭਾਬੀ ਭੂਆ ਨੂੰ ਜਿਵੇਂ ਸੋਝੀ ਕੁਛ ਨਹੀਂ ਸੀ ਰਿਆ ਹੁਣ ਤੇਨੂੰ ਜਮਾਂ ਹੀ ਅਕਲ ਦੀ ਅੰਨੇ ਬਣਾ ਰੱਖਿਆ ਤੇਰੇ ਦੋਸਖਾਂ ਨੂੰ ਜਾਣੇ ਮਰ ਗਏ ਥੋੜੇ ਦੇ ਦੋ ਬੋਲਾ ਨੇ ਪਤੀ ਪਰਮੇਸ਼ਰ ਪਤੀ ਪਰਮੇਸ਼ਰ ਕਾਹਦਾ ਪਤੀ ਪਰਮੇਸ਼ਰ ਜਿਹਨੂੰ ਆਪਣੀਆਂ ਪੋਰਾ ਪੋਰਾ ਪਰ ਕੰਨਿਆ ਦੇਵੀਆਂ ਦੇ ਚੋਗੇ ਦਾ ਵੀ ਰਤੀ ਪਰ ਫਿਕਰ ਨਹੀਂ ਤੈਨੂੰ ਤਾਂ ਭਲਾਉਣੇ ਜਿਉਂਦੇ ਨੂੰ ਮਰਿਆ ਸਮਝ ਰੱਖਿਆ ਕਰਦਾ ਪਰਵਾਹ ਤੇਰੀ ਪੋਰਾ ਉਹ ਵੱਡਾ ਪਤੀ ਪਰਮੇਸ਼ਰ ਲਈ ਬੈਠੀ ਹੈ ਮਾਂ ਇੱਕ ਵਾਰ ਦੋ ਖੌਂਸੜੇ ਖੋਲ ਕੇ ਉਸ ਪੱਟੀ ਮੇਸ ਦੀ ਜੜ ਦੇ ਸਿਰ ਦੇਖ ਫਿਰ ਹੁੰਦਾ ਕਿ ਨਹੀਂ ਦਿਨਾ ਚੀ ਸਿੱਧਾ ਤੂੰ ਤਾਂ ਉਹਨੂੰ ਸਿਰ ਤੇ ਚੜਾਈ ਜਾਵੇਂ ਫਿਰ ਅਸੀਂ ਕੀ ਕਰੀਏ ਤੂੰ ਹੀ ਐਂ ਭੈਣ ਜੋ ਸਹੀ ਜਾਣੀ ਐ ਸਭ ਹੁੰਦੀ ਨਾ ਕਿਤੇ ਮੈਂ ਤੇਰੀ ਤਾਂ ਜੋ ਸੂਰ ਦੇ ਪੁੱਤ ਨੂੰ ਸਿੱਧਾ ਨਾ ਕਰਕੇ ਰੱਖ ਦਿੰਦੀ ਮੈਂ ਤੈਨੂੰ ਫੇਰ ਕਹਨੀ ਆ ਬਈ ਇਹੋਂ ਸਿੱਧੀ ਉਂਗਲੀ ਕਿਉਂ ਨਹੀਂ ਨਿਕਲਣਾ ਜਦ ਤੱਕ ਤੂੰ ਸ਼ੇਰ ਨਹੀਂ ਬਣ ਕੇ ਨਹੀਂ ਪੈਂਦੀ ਉਹਨੂੰ ਮੂਰਿਆ ਮੈਂ ਤਾਂ ਇਹੀ ਕਹਨੀ ਆ ਇੱਕ ਵਾਰ ਤੇਰੇ ਵੀਰ ਨੂੰ ਡਢਹੀੜੀ ਭੇਜ ਕੇ ਸੱਦ ਲਈਏ ਕਰਤਾਰੇ ਤੇ ਧਲੋਕੇ ਵੀਰਾਂ ਨੂੰ ਉਹ ਆਪੇ ਕਰਨਗੇ ਜਿਵੇਂ ਉਹਨਾਂ ਨੂੰ ਸੂਤ ਲੱਗੂ ਨਹੀਂ ਨਹੀਂ ਰਾਹ ਦੇਣਾ ਇਸ ਦੋਜਖਾਂ ਨੂੰ ਜਾਣੇ ਨੇ ਤੂੰ ਦੇਖੇ ਇੱਕ ਦਿਨ ਨਾ ਭਗਵੰਤੀ ਮੈਂ ਤੈਨੂੰ ਰੁੱਲਦੂ ਵੀਰ ਦੀ ਸੌਂ ਪਾਉਣੀਆ ਨਾ ਭੇਜੀ ਉਹਨੂੰ ਡਢਹੇੜੀ ਬਥੇਰਾ ਭਰਿਆ ਪਕੋਨਿਆ ਘਰ ਸੀ ਜਦ ਮੈਂ ਪੈਰ ਪਾਇਆ ਇਸ ਦੇਲੀ ਇਹ ਹੁਣ ਜਾ ਮੇਰੇ ਆਉਣ ਤੇ ਫਿਰਨਾ ਸ਼ੁਰੂ ਹੋਇਆ ਮੈਂ ਦੋਸ਼ ਦੇਵਾਂ ਤਾਂ ਕਿਨੂੰ ਬਾਈ ਜੀ ਨੇ ਮੇਰੇ ਸਾਹਮਣੇ ਮੈਨੂੰ ਦਿਖਾ ਕੇ ਘੜਾ ਸੋਨੇ ਦੀਆਂ ਮੋਹਰਾਂ ਦਾ ਭਰ ਕੇ ਕੰਧ 'ਚ ਚਣਿਆ ਸੀ ਮਾਰ ਟੱਕਰਾਂ ਰਹੀਆਂ ਵਾਹ ਜਹਾਨ ਦੀ ਲਾਲੀ ਮਜਾਲ ਹੈ ਕਿਦਰ ਇਥੋਂ ਦਾ ਹੋਵੇ ਖਬਰੇ ਕੀ ਬਿਜ ਪੈ ਗਈ ਅੰਦਰ ਹੀ ਅੰਦਰ ਉਹੀ ਲੈ ਗਿਆ ਹੋਊਗਾ ਕੱਢ ਕੇ ਤੇਰਾ ਪਤੰਦਰ ਜਿਹਦਾ 헤ਜ ਮਾਰਦਾ ਤੈਨੂੰ ਬਹੁਤਾ ਭਗਵੰਤੀ ਅੱਜ ਜਿਵੇਂ ਭੂਆ ਨੂੰ ਵੱਡਿਆਂ ਵਢੇਰਿਆਂ ਵਾਂਗ ਡਾਂਡਪਟ ਰਹੀ ਸੀ ਨਹੀਂ ਭਾਬੀ ਜੇ ਉਹ ਲੈ ਜਾਂਦਾ ਤਾਂ ਕੋਈ ਨਿਸ਼ਾਨ ਤਾਂ ਮਿਲਦਾ ਉਹ ਮੋਹਰਾਂ ਉਹਦੇ ਹੱਥ ਨਹੀਂ ਲੱਗੀਆਂ ਇਹ ਤਾਂ ਮੇਰੀ ਮੱਤ ਮਾਰੀ ਪਈ ਐ ਮੈਂ ਹੀ ਭੁੱਲ ਗਈ ਵੀ ਬੁੱਢੇ ਨੇ ਕਿਸ ਕੰਨ ਚ ਖੜਾ ਚਣਿਆ ਸੀ ਦ੍ਰੋਪਦੀ ਭੂਆ ਸਾਰਾ ਦੋਸ਼ ਆਪਣੇ ਤੇ ਜਾਂ ਆਪਣੀ ਕਿਸਮਤ ਤੇ ਲੈ ਕੇ ਅਜੇ ਵੀ ਬੋਰੀਏ ਨੂੰ ਸਾਫ਼-ਸਾਫ਼ ਬਰੀ ਕਰੀ ਜਾ ਰਹੀ ਸੀ ਅੱਛਾ ਆਈਏ ਤੂੰ ਬੜੀ ਸਤੀ ਸਵਿਤਰੀ ਸਭ ਤੇਰੇ ਕਰਮਾਂ ਦਾ ਹੀ ਦੋਸ਼ ਹੈ ਉਸ ਚੰਦਰੇ ਕਰਮਾ ਮਾਰੇ ਨੇ ਜੋ ਘਰ ਦਾ ਖੁੰਝਾ ਖੁੰਝਾ ਜੂਏ 'ਚ ਹਾਰ ਕੇ ਰੱਖਤਾ ਉਹਨੂੰ ਕੋਈ ਦੋਸ਼ ਨਾ ਦੇ ਮਿੱਟੀ ਦੇ ਭਾਅ ਸੋਨਾ ਜਾਂਦੀ ਵੇਚਦਾ ਉਹਦਾ ਕਸੂਰ ਨਾ ਗਿਣੀ ਹਾਂ ਉਹਨਾਂ ਸਾਰਾ ਕਸੂਰ ਹੈ ਤਾਂ ਤੇਰਾ ਹੀ ਸਾਰਾ ਸੋਨਾ ਪਹਿਲਾਂ ਹੀ ਕਰ ਲੈਂਦੀ ਆਪਣੇ ਕਬਜ਼ੇ 'ਚ ਤਾਈ ਹਾਲਤ ਨਾ ਹੁੰਦੀ ਅੱਜ ਰੋਟੀ ਖਾਣੋਂ ਤਾਂ ਨਾ ਮਰਦੇ ਜਵਾਕ ਭੁੱਖੇ ਨਾ ਅੱਜ ਕੱਖਾਂ ਤੋਂ ਹੌਲੀ ਹੋ ਕੇ ਬੈਠਦੀ ਤੂੰ ਜਿਵੇਂ ਬੈ ਗਈ ਹੁਣ ਪੱਲੇ ਝਾੜ ਕੇ ਪਾਗਵੰਤੀ ਭਾਵੇਂ ਉਮਰ ਜਭੂਆ ਤੋਂ ਕਿਤੇ ਛੋਟੀ ਸੀ ਪਰ ਮਤਾਂ ਦੇਣ ਚ ਬਹੁਤ ਸਿਆਣੀ ਬੇਣੀ ਲੱਗਦੀ ਸੀ ਭੂਆ ਤੋਂ ਤਾਈਓ ਤਾਂ ਪਾਈ ਪਾਈ ਜੋੜ ਕੇ ਹੁਣ ਉਹਨੇ ਆਪਣਾ ਘਰ ਚੰਗਾ ਬਣਾ ਲਿਆ ਸੀ ਸੱਸ ਮਰੀ ਪਿਛੋਂ ਚਾਰ ਖਣਾ ਦਾ ਪੱਕਾ ਕੋਠਾ ਵੀ ਛੱਤ ਲਿਆ ਸੀ ਦਿਨ ਰਾਤ ਇੱਕ ਕਰਕੇ ਦੇਬੂ ਤੇ ਸੀਤੋ ਜੋਗਾ ਦੁੱਧ ਵੀ ਕਰਦਾ ਸੀ ਨਾ ਸਹੀ ਮੱਝ ਇੱਕ ਗਊ ਇੱਕ ਬੱਕਰੀ ਉਹਨੇ ਕੱਲੀ ਨੇ ਆਪਣੀ ਜ਼ਿੰਮੇਵਾਰੀ ਤੇ ਘਰ ਚ ਬੰਨ ਰੱਖੀ ਸੀ ਰੁਲਦੂ ਨੂੰ ਤਾਂ ਚੱਕੋ ਤੇ ਭਾਂਡੇ ਬਣਾਉਣ ਤੇ ਗਧਿਆਂ ਤੇ ਲੱਦ-ਲੱਦ ਗਲੀ-ਗਲੀ ਵੇਚਣ ਤੋਂ ਹੀ ਫੁਰਸਤ ਨਹੀਂ ਸੀ। ਇੰਨੀ ਮੱਥਾ ਪੱਛੀ ਦੇ ਨਾਲ-ਨਾਲ ਭਾਗਵੰਤੀ ਭੂਆ ਦਾ ਵੀ ਪੂਰਾ-ਪੂਰਾ ਖਿਆਲ ਰੱਖਦੀ ਸੀ। ਜਿਸ ਦਿਨ ਤੋਂ ਰੁਲਦੂ ਨੇ ਦਰੁਪਤੀ ਭੂਆ ਨੂੰ ਆਪਣੀ ਭੈਣ ਕਿਹਾ ਸੀ ਭਾਗਵੰਤੀ ਜਿਵੇਂ ਭੂਆ ਨੂੰ ਫੁੱਲ ਦੀ ਵੀ ਨਹੀਂ ਸੀ ਲੱਗਣ ਦੇਣਾ ਚਾਹੁੰਦੀ। ਅੱਛਾ ਹੁਣ ਛਾੜ ਦੇਣਾ ਝੇੜਿਆਂ ਨੂੰ ਭੁੱਖੇ ਆਂਧਰਾ ਨਾ ਸਾੜ ਆਪਣੀਆਂ। ਸਿੱਧੀ ਹੋ ਕੇ ਔਖੀ ਖਾ ਭਾਵੇਂ ਸੌਖੀ। ਇਹ ਰੋਟੀਆਂ ਤਾਂ ਦੋਵੇਂ ਤੈਨੂੰ ਹੁਣੇ ਮੇਰੇ ਸਾਹਮਣੇ ਖਾਣੀਆਂ ਪੈਣੀਆਂ ਨੇ। ਹੋਣੇ ਸਮੇਤ ਮਿਸੀਆਂ ਗੰਡੇ ਪਾ ਕੇ ਬਣਾਈਆਂ ਦੋ ਰੋਟੀਆਂ ਭਗਵੰਤੀ ਨੇ ਮੱਲੋ ਜੋਰੀ ਭੂਆ ਦੇ ਹੱਥ ਫੜਾਤੀਆਂ ਜੋ ਨੇ ਅੰਬ ਦਾ achar ਧਰ ਕੇ ਭੂਆ ਲਈ ਲੈਂਦੀਆਂ ਸਨ ਤੇ ਆਪ ਚਮਚਿਆਂ ਨਾਲ ਦੋਹਾਂ ਕੁੜੀਆਂ ਨੂੰ ਵਾਰੀ-ਵਾਰੀ ਦੁੱਧ ਦਾ ਘੁੱਟ ਪਲਾਉਣ ਲੱਗ ਪਈ ਥੋੜੇ ਚਿਰ ਜੀ ਜਦ ਸਾਰਾ ਦੁੱਧ ਗਲਾਸੀ ਚ ਮੁੱਕ ਗਿਆ ਤਾਂ ਦੋਹਾਂ ਕੁੜੀਆਂ ਨੂੰ ਵਾਰੀ-ਵਾਰੀ ਦ੍ਰੋਪਤੀ ਭੂਆ ਨੂੰ ਫੜਾਉਂਦੀ ਭਗਵੰਤੀ ਉੱਠ ਕੇ ਆਪਣੇ ਘਰ ਜਾਂਦੀ ਜਾਂਦੀ ਮੁੜ ਕੇ ਭੂਆ ਵੱਲ ਝਾਕਦੀ ਥਾਣੇਦਾਰ ਵਾਂਗ ਹੁਕਮ ਸੁਣਾਉਂਦੀ ਬਲੀ ਦੇਖੀ ਅੱਜ ਜੇ ਉਹ ਆਇਆ Delhi ਨਾ ਚੜੰਦੇ ਆਪਣੇ ਆਪਣੇ ਲਗਦੇ ਨੂੰ ਲਹੂ ਪੀਣਾ ਚੰਦਰਾ ਮਾਉਂ ਜਾ। ਖੁੰਡਾ ਬੰਦ ਕਰ ਲਈ ਅੰਦਰੋਂ ਦਲਾਂ ਦਾ। ਭਾਂ ਆਪੇ ਟੱਕਰਾ ਮਾਰ ਮਾਰ ਕੇ ਮੁਰਜੂ ਉੱਥੇ ਤੇ। ਉੱਥੇ ਹੀ ਜਿੱਥੇ ਜਾਂਦਾ ਰਾਤ ਦਿਨ। ਕਿਵੇਂ ਕੁੱਤਿਆਂਂ ਕਦੇ ਉਸ ਕੌਲੇ ਕਦੇ ਇਸ ਕੌਲੇ ਫਿਰਦਾ ਮੂੰਹ ਮਾਰਦਾ। ਹੁਣ ਲੈ ਲੈ ਨਾ ਉਹਨਾਂ ਨਵਾਬ ਜਾਦਿਆਂ ਕੋਲੋਂ ਜਿਹੜੇ ਉਹਨੇ ਲੈਣੇ ਨੇ ਆਂਡੇ। ਹੁਣ ਕਾਹਨੂੰ ਆਉਂਦਾ ਇੱਥੇ ਚੋਰੀ ਛੁਪੀ ਨਰਕ ਨੂੰ ਜਾਣਾ। ਬਾਰ ਬਾਰ ਕਹਿੰਨੀ ਆ ਤੈਨੂੰ। ਭੈਣ ਜੇ ਮਾਂ ਦੀ ਧੀ ਐ ਤਾਂ ਮੋੜ ਦੇ ਉਹਨੂੰ। ਉਹਨੇ ਪੈਰੀ ਪੁੱਠਾ ਜਿੰਨੀ ਪਿਆਰੀ ਆਉ ਤੇਰੇ ਗਲ ਘੁੱਟਾ ਦੇਣ ਅਧੀ ਰਾਤ ਥਾਣੇਦਾਰਾਂ ਵਾਲੀ ਚੇਤਾਵਨੀ ਦੇਂਦੀ ਕਾਲੇ ਕਾਲੀ ਡਿੰਗ ਪਰ ਦੀ ਭਗਵੰਤੀ ਘਰ ਜਾ ਕੇ ਆਪਣੇ ਡੰਗਰਾਂ ਨੂੰ ਕੱਖ ਕੰਡਾ ਪਾਉਣ ਵਿੱਚ ਰੁੱਝ ਗਈ ਸੀ ਧੰਨਵਾਦ